ਦੇ ਦਰਦਨਾਕ ਤਸਵੀਰਾਂ ਕੀਰਤਪੁਰ ਸਾਹਿਬ ਅਤੇ ਮਨਾਲੀ ਦੇ ਮੁੱਖ ਮਾਰਗ ਤੋਂ ਸਾਹਮਣੇ ਆਈਆਂ ਨੇ, ਜਿੱਥੇ ਗਰਮ ਮੋੜਾ ਟੋਲ ਪਲਾਜ਼ਾ 'ਤੇ ਵੱਡਾ ਹਾਦਸਾ ਵਾਪਰ ਗਿਆ। ਜੀ ਹਾਂ, ਦੱਸ ਦਈਏ ਟੋਲ ਪਲਾਜ਼ਾ 'ਤੇ ਪਰਚੇ ਕਟਵਾਉਣ ਦੇ ਲਈ ਖੜ੍ਹੇ 5 ਵਾਹਨਾਂ ਨੂੰ ਪਿੱਛੋਂ ਇੱਕ ਟਰੱਕ ਨੇ ਦਰੜ ਦਿੱਤਾ ਹੈ। ਜੀ ਹਾਂ, ਦੱਸ ਦਈਏ ਪਰਚੇ ਕਟਾਉਣ ਲਈ ਖੜ੍ਹੇ 5 ਵਾਹਨਾਂ ਨੂੰ ਪਿੱਛੋਂ ਇੱਕ ਟਰੱਕ ਨੇ ਦਰੜ ਦਿੱਤਾ ਹੈ। ਦੱਸ ਦਈਏ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਦੂਜੇ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਦੇ ਸਰੀਰ ਦੇ 2 ਟੁਕੜੇ ਹੋ ਗਏ ਨੇ। ਦੱਸ ਦਈਏ ਇਹ ਹਾਦਸਾ ਟੋਲ ਪਲਾਜ਼ਾ 'ਤੇ ਵਾਪਰਿਆ ਹੈ, ਜਿੱਥੇ ਪਰਚੇ ਕਟਾਉਣ ਖੜੀਆਂ ਗੱਡੀਆਂ ਦੇ ਉੱਪਰ ਪਿੱਛੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੋਲ ਪਲਾਜ਼ਾ 'ਤੇ ਲੱਗ ਰਹੇ ਜਾਮਾਂ 'ਤੇ ਵੱਡੀਆਂ ਖਬਰਾਂ ਪਹਿਲਾਂ ਹੀ ਨਸ਼ਰ ਕਰਦੇ ਰਹੇ ਹਾਂ। ਫਿਲਹਾਲ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੇਹੱਦ ਦਰਦਨਾਕ ਇਹ ਹਾਦਸਾ ਵਾਪਰਿਆ, ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ 'ਤੇ ਟੋਲ ਪਲਾਜ਼ਾ ਪੈਂਦਾ ਹੈ। ਗਰਮ ਮੋੜਾ ਟੋਲ ਪਲਾਜ਼ੇ ਦਾ ਨਾਮ ਹੈ, ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ 5 ਗੱਡੀਆਂ ਨੂੰ ਇੱਕ ਟਰੱਕ ਨੇ ਦਰੜ ਦਿੱਤਾ ਹੈ। ਇੱਥੇ ਲੰਮੇ ਜਾਮ ਕਾਰਨ ਆਏ ਦਿਨ ਹੀ ਕੋਈ ਨਾ ਕੋਈ ਹਾਦਸਾ, ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਦੱਸ ਦਈਏ ਇਹ ਵੱਡਾ ਹਾਦਸਾ ਵਾਪਰਿਆ, ਜਿੱਥੇ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰਖਚੇ ਉੱਡ ਚੁੱਕੇ ਨੇ, ਚੱਕਣਾ ਚੂਰ ਹੋ ਚੁੱਕੀ ਹੈ ਗੱਡੀ। ਹਾਲਾਂਕਿ ਇੱਕ ਵਿਅਕਤੀ ਦੀ ਜਾਨ ਵੀ ਲੈ ਗਿਆ ਇਹ ਹਾਦਸਾ। ਇਹ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੇਰ ਰਾਤ ਵੱਡਾ ਹਾਦਸਾ ਵਾਪਰਿਆ ਇਹ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਦੇ ਉੱਪਰ ਜੋ ਟੋਲ ਪਲਾਜ਼ਾ ਪੈਂਦਾ, ਇੱਥੇ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਟੋਲ ਪਲਾਜ਼ੇ 'ਤੇ ਪਰਚੇ ਕਟਵਾਉਣ ਦੇ ਲਈ ਖੜੀਆਂ ਸੀ ਇਹ ਗੱਡੀਆਂ, 5 ਗੱਡੀਆਂ ਨੂੰ ਪਿੱਛੋਂ ਆਏ ਇੱਕ ਟਰੱਕ ਨੇ ਦਰੜ ਕੇ ਰੱਖ ਦਿੱਤਾ ਹੈ। ਦੇਖੋ, ਸਭ ਤੋਂ ਵੱਡੀ ਨਾਕਾਮੀ ਜਿਹੜੀ ਇਸ ਟਾਈਮ ਟੋਲ ਦੀ ਹੈ ਜੀ, MH1 ਦੀ, ਜਿਨ੍ਹਾਂ ਨੇ ਇੱਥੇ ਟੋਲ ਲਾਇਆ ਹੋਇਆ ਹੈ। ਦੇਖੋ ਕਿੱਡੀ ਵੱਡੀ ਡਾਊਨ ਹੈ, ਉਹਦੇ ਵਿੱਚ ਇਹਨੇ ਟੋਲ ਲਾਇਆ। ਪਹਿਲੀ ਗੱਲ ਤਾਂ ਟੋਲ ਜਿਹੜਾ ਇੱਥੇ ਚਾਹੀਦਾ ਹੀ ਹੈ ਨਹੀਂ, ਤਕਰੀਬਨ ਕਮ ਸੇ ਕਮ 1.5 ਕਿਲੋਮੀਟਰ ਜਾਂ ਪਿੱਛੇ ਕਰ ਲੈਣਾ, ਜਾਂ ਕਿਤੇ ਪੱਧਰੀ ਜਗ੍ਹਾ 'ਤੇ ਲੈ ਜਾਣੇ ਨੂੰ ਟੋਲ ਨੂੰ। ਤੁਸੀਂ ਦੇਖ ਲਓ ਵੀ ਹੁਣ ਲਗਾਤਾਰ ਜਿਹੜੇ ਹੁਣ ਗਰਮੀਆਂ ਦਾ ਸੀਜ਼ਨ ਕਰਕੇ ਲਗਾਤਾਰ ਟੂਰਿਸਟ ਉੱਪਰ ਨੂੰ ਵੱਧ ਰਿਹਾ, ਉਹਦੇ ਸੰਬੰਧ ਵਿੱਚ ਕਿਹੜੀਆਂ ਕਿਹੜੀਆਂ ਲੰਮੀਆਂ ਲਾਈਨਾਂ ਜਿਹੜੀਆਂ, ਠੀਕ ਹੈ, 2-2 ਕਿਲੋਮੀਟਰ ਦੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ। ਕੋਈ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ, ਕੋਈ ਗਿੱਛਣ ਵਾਲਾ ਨਹੀਂ ਟੂਲ ਵਾਲਿਆਂ ਨੂੰ ਹੈਗਾ। ਜੇ ਕੋਈ ਬੰਦਾ ਪੁੱਛਦਾ ਵੀ ਹੈ, ਇਹਨਾਂ ਟੂਲ ਵਾਲਿਆਂ ਨਾਲ ਗੱਲ ਵੀ ਕੋਈ ਕਰਦਾ, ਅਤੇ ਉਲਟੇ ਇਹਨਾਂ ਨੂੰ ਕੀ ਹੈ, ਉਲਟੇ ਉਹਨਾਂ ਦੇ ਪ੍ਰੈਸ਼ਰ ਕਰਕੇ ਲੋਕਾਂ ਨੂੰ ਕੁੱਟਮਾਰ ਕਰਦੇ ਆ, ਬਸ ਇੰਨਾ ਕੁ ਹੈ। ਅਸੀਂ ਤਾਂ ਬੇਨਤੀ ਕਰਦੇ ਪੰਜਾਬ ਸਰਕਾਰ ਅੱਗੇ, ਜਾਂ ਇਹ ਟੋਲ ਜਿਹੜਾ ਤਕਰੀਬਨ ਕਿਲੋਮੀਟਰ ਪਿੱਛੇ ਹੋ ਜਾਵੇ, ਜਾਂ ਇਹ ਟੋਲ ਜਿਹੜਾ ਪਿੱਛੇ ਹੋ ਜਾਵੇ, ਇੱਧਰ ਉੱਪਰ ਨੂੰ ਹੋ ਜਾਵੇ ਜਾਂ ਥੱਲੇ ਨੂੰ ਹੋ ਜਾਵੇ। ਨਹੀਂ ਤਾਂ ਤੁਸੀਂ ਇਹ ਦੇਖ ਲਿਓ ਵੀ ਹੁਣ ਸਬਜ਼ੀ ਦਾ ਸੀਜ਼ਨ ਚੱਲ ਪਿਆ, ਆਉਣ ਵਾਲੇ ਦਿਨਾਂ ਦੇ ਵਿੱਚ ਕੱਚੇ ਮਾਲ ਵਾਲੀਆਂ ਗੱਡੀਆਂ ਜਿਹੜੀਆਂ ਲਗਾਤਾਰ ਚੱਲਣੀਆਂ, ਅਤੇ ਆਉਣ ਵਾਲੇ ਦਿਨ ਦੇ ਵਿੱਚ ਹਾਦਸੇ ਜਿਹੜੇ ਆ ਵਧਣਗੇ, ਘਟਣਗੇ ਨਹੀਂ, ਤਾਂ ਉਹ ਸਾਰੀ ਨਾਕਾਮੀ ਜਿਹੜੀ ਆ ਇਹ ਟੋਲ ਦੀ ਹੋਊਗੀ, ਜ਼ਿੰਮੇਵਾਰ ਟੋਲ ਹੋਊਗਾ। ਅਸੀਂ ਤਾਂ ਬੇਨਤੀ ਕਰਦੇ ਵੀ ਟੋਲ ਜਾਂ ਅੱਗੇ ਜਾਵੇ ਜਾਂ ਪਿੱਛੇ ਜਾਵੇ ਜੀ। ਹੁਣ ਤੋਂ ਬਾਅਦ ਜੀ ਉਹ ਯਹਾਂ ਪਰ ਕਾਫੀ ਲੱਗਦਾ, 1.5 ਘੰਟੇ ਕਾਫੀ ਲੰਬਾ ਜਾਮ ਲਗਾ ਹੁਆ ਥਾ। ਜੈਸੇ ਹਮ ਟੋਲ ਟੈਕਸ ਪਹੁੰਚੇ, ਯਹਾਂ ਗਾੜੀ ਰੁਕੀ ਥੀ, ਇਹਦਮ ਗੋਲੀ ਕਰ ਸਪੀਡ ਸੇ ਗਾੜੀ ਟਰੱਕ ਵਾਲਾ ਆਇਆ, ਔਰ ਪਹਿਲਾਂ ਹਮਾਰਾ ਟੈਂਪੋ ਹਿੱਟ ਗਿਆ, ਬਾਅਦ ਮੇਂ 3 ਆਗੇ 4 ਗਾੜੀ ਨੂੰ ਰਗੜਤਾ ਚਲੇ ਗਏ ਜੀ। ਹਾਂਜੀ, ਆਪਕੀ ਜੋ ਗਾੜੀ ਮੇਂ ਲੋਕ ਥੇ ਉਨਕਾ ਛੋਟੇ ਤੋਂ ਨਹੀਂ ਹੈ? ਨਹੀਂ ਨਹੀਂ, ਕਿਸੇ ਕੇ ਨਹੀਂ ਲਗੇ, ਛੋਟੇ ਛੋਟੇ ਬੱਚੇ ਥੇ ਹਮਾਰੇ ਸਾਥ ਜੀ, ਔਰ ਲੇਡੀਜ਼ ਵੀ ਥੀ ਸਾਰੀ, ਬਚ ਗਏ ਹਮ ਤੋਂ ਸਾਥ ਮੇਂ ਸ਼ਹਿਰ ਮੇਂ ਰਗੜਤਾ ਹੋ ਗਿਆ ਹਮਾਰਾ ਟੈਂਪੋ ਖਾਲੀ। ਹਮੀਰਪੁਰ ਤੋਂ ਜਾ ਕਿੱਥੇ ਰਹੇ ਸੀ? ਮੈਂ ਚੰਡੀਗੜ੍ਹ। ਹੋਇਆ ਕੀ ਹੈ ਕੁਛ ਪਤਾ? ਯਹਾਂ ਲਾਈਨ ਲੱਗੀ ਹੋਈ ਥੀ ਸਾਰੀ ਆਪਣਾ ਟੋਲ ਟੈਕਸ ਕੇ ਲੀਏ, ਤੋ ਸਾਰੀ ਗਾੜੀਆਂ ਲਾਈਨ ਮੇਂ ਹੀ ਥੀ। ਇਹ ਆਈ ਗਾੜੀ ਪਿੱਛੇ ਸੇ, ਬਹੁਤ ਓਵਰ ਸਪੀਡ ਪੇ ਪਿੱਛੇ ਸੇ, ਇਸਨੇ ਪਹਿਲੇ ਇਸ ਗਾੜੀ ਪਹਿਲੇ ਇੱਕ ਫੋਰਸ ਟ੍ਰੈਵਲਰ ਹੈ ਉਸਕੋ ਹਿੱਟ ਕੀਆ, ਫਿਰ ਇਸਕੋ ਹਿੱਟ ਕੀਆ, ਫਿਰ ਇਸਕੋ ਹਿੱਟ ਕੀਆ, ਔਰ ਇਹ ਗਾੜੀ ਮੇਰੇ ਅੱਗੇ ਥੀ, ਮੇਰੀ ਗਾੜੀ ਕਾ ਪ੍ਰੈਸ਼ਰ ਸਾਰਾ ਇਸ ਪੇ ਆਇਆ, ਤੋ ਇਹ ਇਸ ਤਰਫ ਸੇ ਕੱਟ ਲਿਆ ਇਸਨੇ, ਤੋ ਇਹ ਟਰੱਕ ਕੇ ਨੀਚੇ ਆ ਗਏ ਨਾ ਅੱਗੇ ਸੇ, ਉਸਕੀ ਵਜ੍ਹਾ ਸੇ ਮੈਂ ਅਕੇਲਾ ਥਾ। ਹਾਂਜੀ, ਇੱਥੇ ਓਵਰ ਸਪੀਡਿੰਗ ਸੀਗੀ ਜੀ ਪਿਛਲੇ ਪਾਸਿਓਂ, ਅਤੇ ਉਹਦੇ ਕਰਕੇ ਇੱਕ ਐਕਸੀਡੈਂਟ ਹੋਇਆ ਹੈਗਾ ਇੱਥੇ,
ਜਿਹੜੀ ਇੱਕ ਮੰਦਭਾਗੀ ਮੌਤ ਹੋਈ ਹੈਗੀ ਆ ਅਤੇ ਅਸੀਂ ਮੌਕੇ 'ਤੇ ਆ ਗਏ ਹਾਂ। ਜੈਮ ਖਿਲਾਤਾ ਹੈਗਾ ਅਤੇ ਤਿੰਨ ਗੱਡੀਆਂ ਆਪਸ 'ਚ ਕ੍ਰੈਸ਼ ਕਰ ਗਈਆਂ ਸੀਗੀਆਂ, ਤਿੰਨ ਦੀਆਂ ਵੀ ਚਾਰ, ਅਤੇ ਹੁਣ ਅਸੀਂ ਟ੍ਰੈਫਿਕ ਸਾਰਾ ਬਹਾਲ ਕਰਤਾ ਅਤੇ ਬੋਡੀ ਨੂੰ ਲੈ ਲਿਆ ਕਬਜ਼ੇ ਵਿੱਚ, ਪੋਸਟਮਾਰਟਮ ਕਰਾ ਕੇ ਜਿਹੜੀ ਅਗਲੀ ਬਣਦੀ ਕਾਰਵਾਈ ਕਰਾਂਗੇ। ਕਿੰਨੇ ਕੁ ਲੋਕ ਫੱਟੜ ਹੈਗੇ ਪਤਾ ਲੱਗਿਆ ਜੀ? ਨਹੀਂ, ਹਾਲੇ ਤਾਂ ਜੀ ਇੱਕੋ ਹੀ ਡੈਥ ਹੈਗੀ ਆ, ਅਤੇ ਉਸ ਤੋਂ ਬਾਅਦ ਹਾਲੇ ਪਤਾ ਲੱਗੂਗਾ ਜੀ ਤੁਹਾਡੇ ਸਾਹਮਣੇ। ਮੈਂ ਤਾਂ ਹੁਣ ਆ ਕੇ ਦੇਖ ਹੀ ਰਿਹਾ ਸੀਗਾ, ਸਾਰਾ ਕਲੀਅਰ ਕਰ ਰਹੇ ਸੀਗੇ ਅਤੇ ਉਹ ਵੀ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ 'ਚ ਕਾਫੀ ਰੋਸ ਆ, ਕਾਫੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ। ਦੇਖੋ ਜੀ ਅੱਜ ਕੱਲ੍ਹ ਗਰਮੀਆਂ ਦਾ ਸੀਜ਼ਨ ਹੈਗਾ ਆ, ਸਾਰੇ ਹੀ ਇੱਧਰਲੇ ਪਾਸੇ ਹਿਮਾਚਲ ਵਾਲੇ ਪਾਸੇ ਜਾਂਦੇ ਹੈਗੇ, ਤੋ ਬਟ ਨੈਚੁਰਲ ਆ। ਮੈਂ ਪਰਸੋਂ ਤੁਹਾਡੀ ਉਹ ਅਖਬਾਰ ਪੜ੍ਹਦਾ ਪਿਆ ਸੀਗਾ ਕਿ ਕਰੀਬ 3 ਦਿਨ 'ਚ 4 ਲੱਖ ਟੂਰਿਸਟ ਗਿਆ ਉੱਥੇ, ਅਤੇ ਨੈਚੁਰਲੀ ਜਦੋਂ ਟ੍ਰੈਫਿਕ ਦਾ ਫਲੋ ਹੁੰਦਾ ਅਤੇ ਲਾਈਨ 'ਤੇ ਲੱਗਦੀ ਆ ਜੀ ਪਲਾਜ਼ਾ 'ਤੇ। ਅੱਜ ਲਗਭਗ ਆਧਾ ਘੰਟਾ ਪਹਿਲੇ ਪੁਲਿਸ ਥਾਣਾ ਸਵਰਗ 8ਵੇਂ ਦੂਰਭਾਸ ਕੇ ਮਾਧਿਅਮ ਸੇ ਸੂਚਿਤ ਹੁਆ ਥਾ ਕਿ ਜੋ ਹਿਮਾਚਲ ਬਾਉਂਡਰੀ ਕੇ ਪਾਸ ਟੋਲ ਪਲਾਜ਼ਾ ਹੈ ਉਸਕੇ ਪਾਸ ਇੱਕ ਭੀਸ਼ਣ ਵਾਹਨ ਦੁਰਘਟਨਾ ਹੋਈ ਹੈ। ਇਸਕੇ ਬਾਅਦ ਹਮ ਤਤਕਾਲ ਯਹਾਂ ਸਪੋਟ ਕੇ ਉੱਪਰ ਪਹੁੰਚੇ, ਤੋ ਹਮਨੇ ਸਪੋਟ ਕੋ ਵੈਰੀਫਾਈ ਕਰਾ ਹੈ, ਤੋ ਉਸਕੇ ਅਕੋਰਡਿੰਗ ਇਹ ਜੋ ਦੁਰਘਟਨਾ ਸਥਲ ਹੈ ਇਹ ਪੁਲਿਸ ਥਾਣਾ ਕੀਰਤਪੁਰ ਪੰਜਾਬ ਕੇ ਜੁਰਿਡਿਕਸ਼ਨ ਮੇਂ ਆਤਾ ਹੈ। ਤੋ ਯਹਾਂ ਇਸ ਹਾਦਸੇ ਮੇਂ ਇੱਕ ਟਰੱਕ ਯਹਾਂ ਖੜਾ ਹੈ ਔਰ ਉਸ ਟਰੱਕ ਕੇ ਆਗੇ ਜੋ 4 ਗਾੜੀਆਂ ਹੈ ਵੋ ਇਸ ਟਰੱਕ ਕੀ ਟੱਕਰ ਕੇ ਕਾਰਨ ਬੁਰੀ ਤਰ੍ਹਾਂ ਦੁਰਘਟਨਾਗ੍ਰਸਤ ਹੋਈ ਹੈ ਔਰ ਮਾਲੂਮ ਹੋਇਆ ਹੈ ਕਿ ਇਸਮੇਂ ਜਿਤਨੇ ਵੀ ਆਦਮੀ ਇੰਜਰਡ ਹੋਏ ਹੈ ਉਹਨੇ ਏਮਜ ਜ਼ਿਲ੍ਹਾ ਬਿਲਾਸਪੁਰ ਕੀ ਤਰਫ ਲਿਜਾਇਆ ਜਾ ਚੁੱਕਾ ਹੈ ਔਰ ਇੱਕ ਡੈਡ ਬੋਡੀ ਜੋ ਹੈ ਉਹ ਯਹਾਂ ਸਪੋਟ ਪਰ ਪੜੀ ਹੋਈ ਹੈ ਜੋ ਬਹੁਤ ਹੀ ਦਰਦਨਾਕ ਦ੍ਰਿਸ਼ ਹੈ। ਦੋ ਹਿੱਸੋ ਮੇਂ ਉਸ ਡੈਡ ਬੋਡੀ ਕਾ ਸਰੀਰ ਕੱਟ ਚੁੱਕਾ ਹੈ। ਤੋ ਅਭੀ ਇਹ ਜੋ ਘਾਇਲ ਹੈ ਜਾਂ ਜੋ ਮ੍ਰਿਤਕ ਹੈ ਇਨਕਾ ਨਾਮ ਪਤਾ ਗਿਆਤ ਨਾ ਹੋ ਸਕਾ ਹੈ ਔਰ ਪੁਲਿਸ ਥਾਣਾ ਕੀਰਤਪੁਰ ਪੰਜਾਬ ਸੇ ਆਪਣੇ ASI ਸਾਹਿਬਾਨ ਆਪਣੇ ਪੁਲਿਸ ਟੀਮ ਕੇ ਸਾਥ ਯਹਾਂ ਘਟਨਾ ਸਥਲ ਪਰ ਪਹੁੰਚ ਚੁੱਕੇ ਹੈ। ਮਾਲੂਮ ਹੋਇਆ ਹੈ ਕਿ ਕੀਰਤਪੁਰ ਥਾਣਾ ਸੇ SHO ਸਾਹਿਬ ਵੀ ਤਸ਼ਰੀਫ ਲਾ ਰਹੇ ਹੈ, ਹਮਾਰੇ ਉੱਚਾ ਅਧਿਕਾਰੀਗਣ ਵੀ ਯਹਾਂ ਆਨੇ ਵਾਲੇ ਹੈ। ਤੋ ਇਸ ਘਟਨਾ ਕੇ ਬਾਰੇ ਮੇਂ ਜੋ ਹੈ ਪੰਜਾਬ ਪੁਲਿਸ ਆਗੇ ਕੀ ਕਾਰਵਾਈ ਤਹਿਕੀਕਾਤ ਕਰੇਗੀ।